ਮੋਗਾ ਵਿਖੇ ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਮੁਖਬਿਰ ਦੀ ਸੂਚਨਾ ਤੇ ਇੱਕ ਵਿਅਕਤੀ ਦੇ ਘਰੋਂ ਕਾਰ ਵਿੱਚੋਂ ਅਤੇ ਦੁਕਾਨ ਵਿੱਚੋਂ 158 ਪੇਟੀਆਂ ਸ਼ਰਾਬ ਦੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੌਕੇ ਤੇ ਹੀ ਪੁਲਿਸ ਨੇ ਇੱਕ ਹੋਂਡਾ ਸਿਟੀ ਕਾਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਿਓ ਤੇ ਪੁੱਤ ਤੇ ਮਾਮਲਾ ਦਰਜ ਕਰਕੇ ਪੁੱਤ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਰਿਮਾਂਡ ਹਾਸਲ ਕਰਕੇ ਜਾਣਕਾਰੀ ਹਾਸਲ ਕੀਤੀ ਜਾਵੇਗੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ASI ਸੁਖਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਿਰ ਨੇ ਸੂਚਨਾ ਦਿੱਤੀ ਕਿ ਚੰਦਰ ਨਾਮ ਦਾ ਨੌਜਵਾਨ ਬਾਹਰੀ ਸਟੇਟ ਵਿੱਚੋਂ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦਾ ਹੈ। ਪੁਲਿਸ ਪਾਰਟੀ ਵੱਲੋਂ ਐਕਸਾਈਜ਼ ਵਿਭਾਗ ਨੂੰ ਨਾਲ ਲੈ ਕੇ ਰਾਮਗੰਜ ਮੰਡੀ ਵਿਖੇ ਉਸਦੇ ਘਰ ਦਬਿਸ਼ ਦਿੱਤੀ ਤਾਂ ਘਰਾਂ ਤੇ ਕਾਰ ਵਿੱਚੋਂ ਕੁਝ ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋ ਗਈਆਂ। ਪੁੱਛਗਿੱਛ ਦੌਰਾਨ ਚੰਦਰ ਨੇ ਦੱਸਿਆ ਕਿ ਦਾਣਾ ਮੰਡੀ ਵਿਖੇ ਉਹਨਾਂ ਦੀ ਦੁਕਾਨ ਵਿੱਚ ਵੀ ਸ਼ਰਾਬ ਰੱਖੀ ਹੋਈ ਹੈ। ਪੁਲਿਸ ਨੇ ਮੌਕੇ 'ਤੇ 140 ਪੇਟੀਆਂ ਬਰਾਮਦ ਕਰ ਲਈਆਂ। ਕੋਲ 158 ਪੇਟੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਨੇ ਜਿਨ੍ਹਾਂ ਨੂੰ ਕਿ ਉਹ ਬਾਹਰੀ ਸਟੇਟ ਤੋਂ ਲਿਆ ਕੇ ਵੇਚਦਾ ਸੀ। ਫਿਲਹਾਲ ਚੰਦਰ ਅਤੇ ਉਸਦੇ ਪਿਓ 'ਤੇ ਮਾਮਲਾ ਦਰਜ ਕਰਕੇ ਚੰਦਰ ਨੂੰ ਮੌਕੇ 'ਤੇ ਹੀ ਫੜ ਲਿਆ ਜਦਕਿ ਪਿਓ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਹਦੇ ਵਿੱਚ ਕੱਲ੍ਹ ਪੁਲਿਸ ਪਾਰਟੀ ਦੇਵ ਹੋਟਲ ਕੋਲ ਮੌਜੂਦ ਸੀਗੀ। ਉੱਥੇ ਸਾਡੇ ਕੋਲ ਰਵਿੰਦਰ ਸਿੰਘ ਐਕਸਾਈਜ਼ ਇੰਸਪੈਕਟਰ ਜਿਹੜੇ ਉਹ ਵੀ ਸਮੇਤ ਐਕਸਾਈਜ਼ ਸਟਾਫ ਦੇ ਸਾਡੇ ਕੋਲ ਹਾਜ਼ਰ ਆਏ। ਉੱਥੇ ਮੇਰੇ ਪਾਸ ਮੁਖਬਰੀ ਹੋਈ ਸੀਗੀ ਵੀ ਚੰਦਨ ਗਰੋਵਰ ਸਨ ਆਫ ਸੁਰਿੰਦਰ ਕੁਮਾਰ ਰਾਮਗੰਜ ਗਲੀ ਨੰਬਰ 7 ਰਾਮਗੰਜ ਮੰਡੀ ਮੋਗਾ ਜਿਹੜਾ ਬਾਹਰਲੀ ਸਟੇਟ ਦੇ ਵਿੱਚੋਂ ਸ਼ਰਾਬ ਲਿਆਉਂਦਾ ਹੈ ਸਾਡੇ ਭਾਰਤ ਦੇ ਸ਼ਹਿਰ ਵਿੱਚ ਵੇਚਦਾ ਸੀ। ਸਮੇਤ ਐਕਸਾਈਜ਼ ਇੰਸਪੈਕਟਰ ਨੇ ਉਹਦੇ ਘਰ ਦੀ ਰੇਡ ਕੀਤਾ। ਗਲੀ ਨੰਬਰ 7 ਦੇ ਵਿੱਚੋਂ ਉਹਦੇ ਘਰ ਦੇ ਵਿੱਚੋਂ ਕਾਰ ਮਿਲੀ, ਉਹਦੀ ਡਿੱਗੀ ਚੈੱਕ ਕਰਨ ਦੇ ਕਾਰ ਦੇ ਵਿੱਚੋਂ ਜਿਹੜੀਆਂ 14 ਪੇਟੀਆਂ ਸ਼ਰਾਬ ਬਰਾਮਦ ਹੋਈ ਰੋਇਲ ਵਿੱਚ ਜਿਹੜੀ ਇੰਟਰਾਕਟਲ ਦੀ ਬਣੀ ਹੋਈ ਸੀਗੀ। ਉਸ ਤੋਂ ਬਾਅਦ ਮੋਚੀ ਨੇ ਜਿਹੜਾ ਉਹਦੇ ਫਾਰਦਕ ਸਾਹਿਬ ਦੌਰਾਨ ਮੰਨਿਆ ਵੀ ਉਹਦਾ ਜਿਹੜਾ ਗਡਾਊਨ ਆਪਣੇ ਨਵੀਂ ਦਾਣਾ ਮੰਡੀ ਦੇ ਵਿੱਚ 60 ਨੰਬਰ ਦੁਕਾਨ ਬਾਕੀ ਵੀ ਉੱਥੇ ਵੀ ਰੱਖੀ ਹੈ ਸਾਹਿਬ। ਉਸ ਤੋਂ ਬਾਅਦ ਉੱਥੇ ਜਦ ਅਸੀਂ ਰੇਡ ਕੀਤਾ ਸਵੇਰ ਦੀ ਪਾਰਟੀ ਨਾਲ ਐਕਸਾਈਜ਼ ਸਟਾਫ ਨੂੰ, ਉੱਥੋਂ ਇਹਦੇ ਕੋਲੋਂ 144 ਪੇਟੀਆਂ ਜਿਹੜੀ ਸ਼ਰਾਬ ਇਹੀ ਜਿਹੜੀ ਬਰਾਮਦ। ਕੁੱਲ ਕਿੰਨੀਆਂ ਪੇਟੀਆਂ ਹੈਗੀਆਂ ਅਤੇ ਕੀ ਕਾਰਵਾਈ ਕੀਤੀ ਗਈ? ਕੁੱਲ 158 ਪੇਟੀਆਂ ਦੋਸ਼ੀ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਹੋ ਗਿਆ 157 ਨੰਬਰ। ਉਹ ਪਤਾ ਲੱਗਿਆ ਕਿੱਥੇ ਸਪਲਾਈ ਕਰਦੇ ਸੀ, ਕਦੋਂ ਤੋਂ ਕਾਰੋਬਾਰ ਕਰ ਰਹੇ ਸੀ? ਇਹ ਪੁੱਛਗਿੱਛ ਚੱਲ ਰਹੀ ਹੈ। ਕਿੰਨੀ ਕੁ ਲੱਗ ਕੀ ਕੀਮਤ ਦੀ ਹੈਗੀ ਕੋਈ ਦੱਸਿਆ? ਕੀਮਤ ਹੋਊਗੀ ਜੀ 10-15 ਲੱਖ ਦੀ। ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ? ਇਹਦੇ ਸਵਾਲ ਚੀਜ਼ ਚੱਲ ਰਹੀ ਹੈ ਜੀ, ਪਤਾ ਕਰ ਰਹੇ ਹਾਂ ਵੀ ਇਹਦੇ ਖਿਲਾਫ ਇਹਦਾ ਪਿਛਲਾ ਰਿਕਾਰਡ ਆ ਜਿਹੜਾ ਦੇਖ ਰਹੇ ਹਾਂ ਕਿਹੜੇ ਮੰਨਿਆ ਵੀ ਇਹਦਾ ਜਿਹੜੀ ਫਾਦਰ ਦੀ ਇਹਦੀ ਸਹੂਲੀਅਤ ਵਿੱਚ ਪਾਈ ਗਈ ਹੈ ਅਤੇ ਉਹਨਾਂ ਨੂੰ ਜਿਹੜਾ ਸੁਰਿੰਦਰ ਕੁਮਾਰ ਜੀ ਨੂੰ ਵਿੱਚ ਮੁਕਦਮੇ ਜਿਹੜਾ ਨਾਮਜ਼ਦ ਕੀਤਾ ਗਿਆ ਕੱਲ੍ਹ ਹੀ। ਹਾਂਜੀ, ਕੁੱਲ ਕਿੰਨੇ ਬੰਦੇ ਦੇ ਮਾਮਲਾ ਦਰਜ ਆ? ਇਹ ਦੋ ਤਿੰਨ ਮੁਕਦਮਾ ਦਰਜ ਹੋਇਆ ਪਿਓ ਪੁੱਤਾਂ ਦੇ ਬਾਅਦ 'ਚ। ਹਾਂਜੀ, ਨਾਮਜ਼ਦ ਕੀਤਾ ਜਿਹੜਾ ਪਹਿਲਾਂ ਪਰਚਾ ਆਪਣਾ ਚੰਦਰ ਗਰੋਵਰ ਦੇ ਖਿਲਾਫ ਮੁਕਦਮਾ ਦਰਜ ਹੋਇਆ ਪਹਿਲਾਂ ਉਹਦੀ ਪੁੱਛ ਗਏ ਅਤੇ ਫਾਦਰ ਨੂੰ ਨਾਮਜ਼ਦ ਕੀਤਾ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।